अज की वीडियो दे विच आपां गल करन जा रहे हां सुपर वीजे बारे। सुपर वीजा की चीज है? सुपर वीजा उन्हां दा लगदा है जिन्हां दे मतलब बच्चे कनेडा गए हुए ने अते वो अपने बच्चों नूं मिलण दे लई पेरेंट्स जा सकदे ने। मीन्स जिहड़ा सुपर वीजा है ये पेरेंट्स दा लगदा है। सो कौन कौन सुपर वीजे ते जा सकदा है? जिवें कि बच्चे कनेडा पढ़न गए हुए ने ਅਤੇ ਉਹਨਾਂ ਦੀ ਤੇ ਪੜ੍ਹਾਈ ਪੂਰੀ ਹੋ ਗਈ ਹੈ, ਗ੍ਰੈਜੂਏਸ਼ਨ ਸੈਰਾਮਨੀ ਹੈ ਉਹਨਾਂ ਦੀ, ਤਾਂ ਉਹ ਆਪਣੀ ਗ੍ਰੈਜੂਏਸ਼ਨ ਸੈਰਾਮਨੀ ਨੂੰ ਅਟੈਂਡ ਕਰਨ ਦੇ ਲਈ ਆਪਣੇ ਪੇਰੈਂਟਸ ਨੂੰ ਆਪਣੀ ਹੋਮ ਕੰਟਰੀ ਤੋਂ ਕੈਨੇਡਾ ਬੁਲਾ ਸਕਦੇ ਨੇ। ਤਾਂ ਉਹ ਆਪਣੇ ਸੁਪਰ ਵੀਜ਼ੇ ਵਿੱਚ ਇਹ ਸ਼ੋਅ ਕਰਨਗੇ ਕਿ ਅਸੀਂ ਆਪਣੇ ਬੱਚੇ ਦੀ ਜਿਹੜੀ ਗ੍ਰੈਜੂਏਸ਼ਨ ਸੈਰਾਮਨੀ ਹੈ ਉਹਨੂੰ ਅਟੈਂਡ ਕਰਨ ਦੇ ਲਈ ਜਾਣਾ ਚਾਹੁੰਦੇ ਹਾਂ। ਤਾਂ ਉਹ ਉਹਨਾਂ ਦੇ ਮਾਂ ਪਿਓ ਜਿਹੜੇ ਨੇ ਉਹ ਉੱਥੇ ਕੈਨੇਡਾ ਜਾ ਸਕਦੇ ਨੇ ਸੁਪਰ ਵੀਜ਼ੇ। दूसरा है कि अगर तुसी कनेडा दे विच काम कर रहे हो ते तुहाडी लाइफ काफी ज्यादा बिजी है तां भी तुसी अपने पेरेंट्स नूं कनेडा बुला सकदे हो। अगर तुसी अपनियां होम टाइज काफी ज्यादा स्ट्रोंग शो कीतियां होईयां ने अते तुहाडा जिहड़ा तुसी फाइनैंशियली स्ट्रोंग शो कीता होया अपने आप नूं जिहड़ा कि इह शो करे कि तुहाडे पेरेंट्स कनेडा आउणगे बट वापस उह अपने होम कंट्री जाणगे ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਕੈਨੇਡਾ ਬੁਲਾ ਸਕਦੇ ਹੋ, ਉਹਨਾਂ ਦਾ ਸੁਪਰ ਵੀਜ਼ਾ ਲੱਗ ਸਕਦਾ। ਤੇ ਕੈਨੇਡਾ ਗਵਰਨਮੈਂਟ ਦੇ ਵੱਲੋਂ ਸੁਪਰ ਵੀਜ਼ੇ ਦੇ ਵਿੱਚ ਥੋੜੀ ਰਿਲੈਕਸੇਸ਼ਨ ਦਿੱਤੀ ਗਈ ਹੈ ਕਿਉਂਕਿ ਜਿਹੜੀ ਇੰਸ਼ੋਰੈਂਸ ਫੀਸ ਹੈ ਉਹ ਤਕਰੀਬਨ $15 ਹੁੰਦੀ ਹੈ ਕੈਂਡੀਡੇਟ ਦੀ। ਜੇ ਤਾਂ ਐਪਲੀਕੈਂਟ ਦੀ ਉਮਰ 65 ਸਾਲ ਹੈ ਤਾਂ $1500 ਹੈ ਤੇ ਅਗਰ ਇਸ ਤੋਂ ਜ਼ਿਆਦਾ ਹੈ ਤਾਂ ਇਹ ਫੀਸ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ। ਤਾਂ ਕਾਫੀ ਕੈਂਡੀਡੇਟ ਕੀ ਨੇ ਇੰਨੀ ਜ਼ਿਆਦਾ ਫੀਸ ਜਿਹੜੀ ਹੈ ਦੇਣਾ ਮਤਲਬ ਕਿ ਸਹੀ ਨਹੀਂ ਸਮਝਦੇ, ਉਹਨਾਂ ਨੂੰ ਇਹ ਸਾਰੀ ਫੀਸ ਜ਼ਿਆਦਾ ਲੱਗਦੀ ਹੈ ਇਸ ਕਰਕੇ ਉਹ ਸੁਪਰ ਵੀਜ਼ੇ ਤੇ ਅਪਲਾਈ ਨਹੀਂ ਕਰਦੇ। ਜਾਂ ਫਿਰ ਉਹਨਾਂ ਦੇ ਬੱਚੇ ਜਿਹੜੇ ਕੈਨੇਡਾ ਬੈਠੇ ਨੇ ਉਹਨਾਂ ਨੂੰ ਵੀ ਇਹ ਫੀਸ ਜ਼ਿਆਦਾ ਲੱਗਦੀ ਹੈ ਤਾਂ ਉਹ ਆਪਣੇ ਪੇਰੈਂਟਸ ਨੂੰ ਨਹੀਂ ਬੁਲਾਉਂਦੇ। ਤਾਂ ਉਹਨਾਂ ਦੀ ਇਸ ਪ੍ਰੋਬਲਮ ਨੂੰ ਕੈਨੇਡਾ ਗਵਰਨਮੈਂਟ ਦੇ ਵੱਲੋਂ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਨੇਡਾ ਗਵਰਨਮੈਂਟ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਸੀਂ ਇਹ ਜਿਹੜੀ ਮੈਡੀਕਲ ਦੀ ਫੀਸ ਹੈ ਇਕੱਠੀ ਨਹੀਂ ਭਰਨੀ, ਤੁਸੀਂ ਇਹਨਾਂ ਨੂੰ ਆਸਾਨ ਕਿਸ਼ਤਾਂ ਦੇ ਵਿੱਚ ਭਰ ਸਕਦੇ ਹੋ। ਇਹਦੇ ਨਾਲ ਕੀ ਹੈ ਕਾਫੀ ਜ਼ਿਆਦਾ ਕੈਂਡੀਡੇਟ ਨੂੰ ਫਾਇਦਾ ਹੋਏਗਾ ਅਤੇ ਜਿਹੜੇ ਵੀ ਬੱਚੇ ਕੈਨੇਡਾ ਬੈਠੇ ਨੇ ਤੇ ਆਪਣੇ ਪੇਰੈਂਟਸ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਨੇ ਤਾਂ ਉਹ ਆਸਾਨ ਕਿਸ਼ਤਾਂ ਦੇ ਵਿੱਚ ਇਹ ਫੀਸ ਭਰ ਕੇ ਆਪਣੇ ਪੇਰੈਂਟਸ ਨੂੰ ਕੈਨੇਡਾ ਬੁਲਾ ਸਕਦੇ ਨੇ। ਸੋ ਅੱਜ ਦੀ ਵੀਡੀਓ ਵਿੱਚ ਇੰਨੀ ਹੀ ਤੁਹਾਡੇ ਲਈ ਜਾਣਕਾਰੀ ਸੀ। ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਪਿੱਛੇ ਦਿੱਤੇ ਨੰਬਰਸ ਦੇ ਉੱਪਰ ਕੰਟੈਕਟ ਕਰਕੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸਾਡੇ ਵੱਲੋਂ ਸਾਰੀ ਜਾਣਕਾਰੀ ਤੁਹਾਨੂੰ ਕੈਨੇਡੀਅਨ ਰੂਲਸ ਦੇ ਅਕੋਰਡਿੰਗਲੀ ਦਿੱਤੀ ਜਾਏਗੀ। ਥੈਂਕ ਯੂ।